ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੌਂਗੋਵਾਲ, ਤਹਿਸੀਲ ਵੀ ਲੌਂਗੋਵਾਲ ਤੇ ਜ਼ਿਲ੍ਹਾ ਬਾਈ ਹੋਰਾਂ ਦਾ ਰਹਿ ਜਾਂਦਾ ਸੱਜਣੋ ਸੰਗਰੂਰ। ਪੰਜ ਮੱਝਾਂ ਦਿਖਾਵਾਂਗੇ, ਇੱਕ ਨੀਲੀ ਰਾਵੀ ਦੀ, ਇੱਕ ਬੂਰੀ, ਤਿੰਨ ਮੋਹਰਾਂ ਦੀਆਂ ਵੱਡੀਆਂ ਝੋਟੀਆਂ, ਇੱਕ ਮੋਹਰਾ ਦਾ ਕੱਟਾ ਤੇ ਇੱਕ ਦਿਖਾਵਾਂਗੇ ਸੱਜਣੋ ਸਸਤੇ ਰੇਟ ਦੀ ਪੰਜਾਬ ਵਾਲੀ ਜਰਸੀ ਵੱਛੀ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਆ ਜਾਓ ਜੀ। ਨਾਮ ਤੇ ਨੰਬਰ ਬੋਲ ਦਿਓ। ਨਾਮ ਮੇਰਾ ਵਰਿੰਦਰ ਸਿੰਘ ਵੀਰੇ। ਨੰਬਰ ਕਿੰਨਾ ਜੀ? ਨੰਬਰ ਆਪਣਾ 98034-0-59। 98034-0-59। ਆ ਨੰਬਰ ਵੀ ਸੌਖਾ ਆ ਨਾ, ਨੰਬਰ ਵੀ ਸੌਖਾ ਆ, ਅਗਰ ਯਾਦ ਹੋ ਜਾਊਗਾ। ਉਹ ਫਟਾਫਟ ਆਪਣੇ ਸੱਜਣਾ ਦੇ ਤੇ ਵਪਾਰ ਦਾ ਕੰਮ ਤਾਂ ਨਹੀਂ ਕਰਦੇ ਪਹਿਲਾਂ? ਨਾ, ਵਪਾਰ ਦਾ ਕੰਮ ਬਈ ਕੋਈ ਨਹੀਂ, ਪਹਿਲੀ ਵੀ ਦੁੱਧ ਦਾ ਕੰਮ, ਦੁੱਧ ਦਾ ਕੰਮ ਆਪਣਾ। ਅਗਰ ਹੀ ਕੈਮਰਾ ਮਾਰ ਦੇ ਇੱਕ ਵਾਰੀ ਸਾਰੇ ਪਸ਼ੂਆਂ ਦੇ, ਕਿਉਂਕਿ ਕੰਮ ਹੈਗਾ ਬਾਈ ਦਾ ਦੁੱਧ ਦਾ ਤੇ ਵਪਾਰ ਦਾ ਸੀਨ ਇਹ ਆ ਸੱਜਣੋ ਵੀ ਲਾਟ ਬਾਈ ਨੇ ਪਹਿਲਾਂ ਪਾਉਣਾ ਤੇ ਨਾਲ ਨਾਲ ਥੋੜਾ ਥੋੜਾ ਕੰਮ ਬਾਈ ਨੇ ਸ਼ੁਰੂ ਕਰਨਾ। ਜਿੱਦਾਂ ਗੱਲ ਕਰ ਲਈਏ ਪੰਜ ਚਾਰ ਮੱਝਾਂ ਤੋਂ ਤੇ ਨਾਲ ਨਾਲ ਜਿਹੜਾ ਮੇਨ ਫੋਕਸ ਆ, ਮੇਨ ਫੋਕਸ ਹੈਗਾ ਦੁੱਧ ਤੇ ਬਾਕੀ ਅੱਜ ਇੱਥੋਂ ਲਾ ਕੇ ਤਕਰੀਬਨ ਉਹ ਬੂਰੀ ਤੱਕ ਮੱਝਾਂ ਪਕਾਊ ਨੇ ਤੇ ਇੱਕ ਜਿਵੇਂ ਤੁਹਾਨੂੰ ਦੱਸਿਆ ਵੱਛੀ ਪਕਾਊਗਾ ਤੇ ਇੱਕ ਆ ਗਿਆ ਕੱਟਾ ਮੋਰਾ ਦਾ। ਬਾਕੀ ਸ਼ੁਰੂਆਤ ਇੱਧਰਲੇ ਪੱਖ ਤੋਂ ਕਰ ਲਾਂਗੇ ਤੇ ਇੱਕ ਨੰਬਰ ਤੋਂ ਕਰ ਲਈ ਸ਼ੁਰੂ ਭਾਈ ਇੱਥੋਂ। ਹਾਂ ਬਾਈ, ਇੱਧਰੋਂ ਮਾਰ ਗਿਆ ਜੀ ਕੈਮਰਾ, ਜੈੱਡ ਬਲੈਕ ਮੱਝ ਮੇਰਾ ਖਿਆਲ ਆ ਰਾਣੀ ਮੱਝੀ ਆ ਸਭ ਤੋਂ ਵੱਡੀ ਆ ਨਾ। ਜਮਾ ਬਾਈ ਹੋਰ ਜੋ ਬੁਰਾ ਹੋਣਗੇ। ਸੂਆ ਕਿਹੜਾ ਭਾਈ ਦਾ? ਸੂਆ ਬਾਈ ਤੀਜਾ ਸੂਆ ਇਹਦਾ ਮੱਝ ਦਾ ਆਪਣਾ। ਹਾਂ, ਬੱਚਾ ਕੀ ਆ ਨਾਲ? ਬੱਚਾ ਵੀਰੇ ਕੱਟੀ ਆ ਨਾਲ ਕੱਟੀ ਸੂਆ ਜਮਾ, ਜੈੱਡ ਬਲੈਕ ਕੱਟੀ ਆ ਜਮਾ। ਕਿੰਨੇ ਦਿਨ ਦੀ ਸੂਈ ਹੋਊਗੀ? ਸੂਈ ਵੀਰੇ ਹੋਊਗੀ ਇਹ, ਆਹ ਕੱਟੀ ਦੇਖ ਲਓ, 17-18 ਦਿਨ ਦੀ ਸੂਈ ਹੋਈ ਹੈਗੀ। ਆਹ ਦੋ ਨੰਬਰ ਦੇਖ ਲਈ ਹੈਗੀ, ਇਹਦੀ ਵੀਰੇ ਕੱਟੀ ਆ ਆਪਣੀ, ਆਹ 3 ਨੰਬਰ, ਆਹ ਕੱਟੀ ਆ ਜੀ, ਆਹ ਕੱਟੀ ਆ ਜੀ, ਕੱਟੀ ਵੀ ਜਮਾ ਜੈੱਡ ਬਲੈਕ ਆ ਬਾਈ। ਤਕਰੀਬਨ ਇਹ ਮੰਨ ਲਓ ਕਿ 3 ਨੰਬਰ ਤੇ ਖੜੀ ਆ ਪਾਸੇ ਬੰਨੇ ਤੇ ਹੁਣ ਗਾ ਜੀ ਜ਼ਿਆਦੇ ਫੋਕਸ ਨਾ ਝੋਟੀ ਤੇ ਕਰ ਦੂੰਗਾ। ਇੱਧਰਲੇ ਬੰਨੇ ਲਿਆ ਸੱਜਣਾ, ਐ ਨੂੰ ਤੋੜ ਦੇ ਲੰਬੀ ਜੀ, ਤੋੜਦੇ ਤੋੜਦੇ ਐ ਨੂੰ ਲਿਆ ਕੇ। ਸੂਆ ਤੀਜਾ 17-18 ਦਿਨ ਦੀ ਸੂਈ ਆ, ਖਾਣ ਲੈਵਾ ਬਹੁਤ ਕਮਾਲ ਦਾ ਲੱਗਿਆ ਇੱਥੇ ਖਾਣਾ, ਮੰਨ ਲਾ ਵੀ ਉਹੀ ਗੱਠੂ ਇੱਕ ਵਾਲਾ ਕੰਮ ਹੀ ਆ ਚਾਰੇ ਪਾਸੇ ਤੇ ਲੇਵਾ ਬਹੁਤ ਕਮਾਲ ਦਾ। ਇੱਕ ਗੱਲ ਸ਼ੁਰੂ 'ਚ ਹੀ ਦੱਸ ਦੇਣਾ ਕਿ ਪਸ਼ੂ ਨੇ ਜਿਹੜੇ ਡੰਗ ਤੋਂ ਘੱਟ ਦੋ ਘੰਟਾ ਪਹਿਲਾਂ ਵੀਡੀਓ ਬਣਾਏ ਆ, ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਲੱਗਿਆ। ਦੁੱਧ ਵੀਰੇ ਇਹਦਾ 17 ਲੀਟਰ ਤਿਆਰ ਆ, ਆਪਾਂ 16 ਕਹਿ ਕੇ ਦੇਵਾਂਗੇ, ਥੋੜਾ ਚਵਾ ਕੰਡੇ ਵਾਲਾ ਚਵਾ ਦਾਂਗੇ। 17 ਤਿਆਰ? ਹਾਂ, ਕੰਡੇ ਦਾ ਹੀ ਆ। ਹਾਂ, ਆ ਦੁੱਧ ਹੈਗਾ ਸੱਜਣੋ ਕੰਡੇ ਵਾਲਾ 17-22 ਦਾ ਰੈਡੀ ਦਾ, ਆਪਾਂ 16 ਕਿਲੋ ਦੱਸ ਕੇ ਦੇ ਦਾਂਗੇ ਜਿਹੜੇ ਵੀ ਸੱਜਣ ਨੂੰ ਇਹ ਮੱਝ ਦੇਣੀ ਆ। ਆ ਗਈ ਜੈੱਡ ਬਲੈਕ ਤੇ ਬਾਕੀ ਜਿਹੜੀ ਬਾਜੀ ਆ, ਬਾਜੀ ਦੀ ਜਿਹੜੀ ਉੱਥੇ ਚੜਾਈ ਲਿਖਾਂਗੀ, ਬਾਜੀ ਦੀ ਚੜਾਈ ਤੁਹਾਡੀ ਬਹੁਤ ਸ਼ਾਨਦਾਰ ਆ ਤੇ ਮੇਨ ਗੱਲ ਆ ਜਿਹੜੀ ਸੁਭਾਅ ਦੀ ਬਹੁਤ ਹੁੰਦੀ ਆ ਤੇ ਖਾਣ ਲਈ ਉਹਨਾਂ ਨੂੰ ਕਮਾਲ ਦੇ ਲੱਗਿਆ। ਜਿਵੇਂ ਦੱਸਿਆ ਭਰਾਵਾਂ ਨੂੰ ਵੀ ਡੰਗ ਤੋਂ ਪਹਿਲਾਂ ਘੰਟਾ 2 ਘੰਟੇ, ਬਾਜ਼ਾਰ ਵਾਲਾ ਸੀਨ ਨਹੀਂ ਹੈਗਾ ਜੇ ਘੰਟਾ ਕੁ ਵੀ ਚਵਾਈ ਇਹਦੀ ਲੇਟ ਹੁੰਦੀ ਥੱਲੇ ਨੂੰ। ਹਾਂ ਬਾਈ, ਬਣ ਜਾਂਦੀ ਪੂਰੀ ਮੱਝ। ਗਵਾਰੇ ਜਿਹਨੂੰ ਕਹੀ ਜਾਂਦੀ ਹੈ ਨਾ, ਗਵਾਰੇ ਜਿਹਨੂੰ ਕਹਿ ਲਈਏ। ਇਹਦੇ ਪੈਸੇ ਕਿੰਨੇ ਲਾਵਾਂਗੇ? 17 ਲੀਟਰ ਤਿਆਰ ਹੈ ਜੀ। ਪੈਸੇ ਬਾਈ ਇਹਦਾ 1.65 ਆ, 1,65,000 ਹੈ। ਹਾਂ, ਡੰਗ 2 ਡੰਗ ਚਵਾ ਦਾਂਗੇ। ਹਾਂ ਬਾਈ, ਜੇ ਹਾਲਾ ਟਾਈਮ 3 ਡੰਗ ਚੋਲੇ ਨਾ, ਕੋਈ ਦਿੱਕਤ ਨਹੀਂ ਹੈਗੀ ਆਪਾਂ ਨੂੰ। ਨਾ ਨਾ ਨਾ, ਆਪਾਂ ਜੇ 3 ਡੰਗ ਚੋਲੇ ਬਾਈ ਅਗਲਾ ਜਮਾ ਤਸੱਲੀ ਆ। ਠੀਕ ਹੈ ਗੱਲ, 1.65 ਤੋਂ ਮਾਨਤਾ ਹੋ ਜੂ ਕੋਈ ਬਾਈ? ਕਰਾਂਗੇ ਆਪਾਂ, ਦੂਰੋਂ ਨੇੜੇ ਆਏ ਦਾ ਸਾਰਾ ਮਾਨਤਾ ਹੋ ਗਿਆ। ਪਰ ਇੱਕ ਗੱਲ ਆ, ਪਛਾਣ ਤੋਂ ਗਾਰੀ ਚੜਾਈ ਚੁਣੀ ਕਰੀ ਹੋਰ ਦਿਖਾ ਦੀ ਤੇ ਬਾਡੀ ਬੂਡ ਦੀ ਬਹੁਤ ਸ਼ਾਨਦਾਰ ਆ, ਕਿਉਂਕਿ ਜਿਵੇਂ ਭਰਾ ਨਹੀਂ ਕਿਸੇ ਨੇ ਬਰੀਡਿੰਗ ਤੇ ਕੰਮ ਕਰਨਾ, ਇੱਕ ਤਾਂ ਬਰੀਡਿੰਗ ਦੇ ਮਾਮਲੇ। ਹਾਂ, ਪਿਓਰ ਮੋਰਾ ਦੀ ਮੱਝ ਆ ਬਾਈ, ਬੈਸਟ ਮੱਝ ਕਹਿ ਸਕਦੇ ਆ। ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਨਾ, ਇਹ ਬਹੁਤ ਚੰਗੇ ਇਲਾਕੇ ਦੀ ਮੱਝ ਆ। ਅੱਜ ਇਹਦੇ ਕੋਲ ਦੁੱਧ ਹੈਗਾ ਸੱਜਣੋ ਹਾਜ਼ਰਾ, ਤੇ ਇੱਕ ਪਲੱਸ ਪੁਆਇੰਟ ਉਹ ਆ ਵੀ ਨਾਲ ਇਹਦੇ ਕੱਟੀ ਆ। ਕਈ ਭਰਾ ਕਹਿੰਦੇ ਨੇ ਵੀਡੀਓ ਲੰਬੀ ਲੰਬੀ ਤਾਂ ਹੋ ਜਾਂਦੀ ਵੀ ਡਿਟੇਲ ਨਾਲ ਦੱਸਣਾ ਪੈਂਦਾ, ਤੇ ਹੁਣ ਮਾਰ ਗਿਆ ਜੀ 2 ਨੰਬਰ ਵਾਲੀ ਤੇ ਚੱਕੀ ਹੈ ਵੀ ਜੈੱਡ ਬਲੈਕ ਹੀ ਜਮਾਂ ਬਾਈ, ਜੈੱਡ ਬਲੈਕ ਮੋਹਰਾ ਦੀ ਕੱਟੀ ਹੈ ਜਮਾਂ, ਸਿੰਘ ਜਮੀ ਬੰਦ ਆ ਗਿਆ ਇਹਦਾ। ਹਾਂ, ਗੋਲ ਸਿੰਘ ਇਹਦਾ ਬਾਈ ਤੀਜਾ ਸੂ ਹੈਗਾ, ਤੀਜਾ। ਹਾਂ, ਆਪਾਂ ਦੇਖੋ ਕਹਿਣ ਨੂੰ ਤਾਂ ਆਪਾਂ ਦੂਜਾ ਵੀ ਕਹਿ ਦਈਏ ਇਹਦਾ, ਇਹ ਯਾਰ ਲੱਗਦੀ ਵੀ ਦੂਜੀ ਆ, ਲੱਗਦੀ ਵੀ ਦੂਜਾ, ਕਿਉਂਕਿ
ਲੱਗਦੀ ਵੀ ਪਿਓਰ ਦੂਜਾ ਹੀ ਆ, ਬਾਕੀ ਇਹਦੇ ਵਾਸਤੇ ਮੈਨੂੰ ਜ਼ਰੂਰ ਖਾਸ ਕਮੈਂਟ ਕਰਕੇ ਦੱਸਿਓ, ਕਿਉਂਕਿ ਦੂਜਾ ਸੂਹ ਹੀ ਲੱਗਦੀ ਹੈ ਝੋਟੀ ਹਾਂ। ਦੂਜਾ ਸੂਹ ਵੀ ਆਪਾਂ ਕਹਿੰਦੇ ਨੂੰ ਦੂਜਾ ਵੀ ਕਹਿ ਦਿੰਦੇ ਹਾਂ, ਪਰ ਆਪਾਂ ਉਹ ਕੰਮ ਨਹੀਂ ਕਰਨਾ ਹੈਗਾ, ਜਿਹੜੇ ਸੂਹੇ ਹੈਗੇ ਤਾਂ ਉਹੀ ਸੂਹਾ ਦੱਸਾਂਗੇ ਆਪਾਂ। ਸੋਹਣੀ ਲੱਗੀ ਵੀ ਬਾਈ ਕਹਿੰਦਾ ਜਾਣਕਾਰੀ, ਇਹਦੀ ਜਾਣਕਾਰੀ ਜੈਨੂਅਨ ਹੁੰਦੀ ਹੈ, ਪਛਾਣ ਪੱਕ ਤੋਂ ਦਿਖਾ ਦੇ ਮੇਰੀ ਜਾ ਕੇ ਦਿੱਲੀ ਨੂੰ ਤੇ ਇੱਥੋਂ ਦਿਖਾ ਦੇ। ਹੋਰ ਬਾਈ ਖੋਲ ਕੇ ਆਇਆ, ਕਿੰਨੇ ਦਿਨ ਦਾ ਸੂਹਾ ਹੋ ਗਿਆ ਇਹਦਾ? ਬਾਈ ਸੂਹਾ ਹੈਗਾ ਗਾ ਕੱਟਾ ਖੜਾ, ਇਹਦਾ ਮੈਨੂੰ ਲੱਗਦਾ ਸਾਰਾ 12 ਦੇ 11 12 ਦਿਨਾਂ ਦਾ ਕੱਟਾ ਗਾ। ਆ 2 ਨੰਬਰ ਦੇ ਕੱਟਾ ਬਾਈ ਇਹਦਾ, ਆਹ ਕੱਟਾ ਬਾਈ ਇਹਦਾ 2 ਨੰਬਰ ਵਾਲਾ, 12 13 ਦਿਨ ਦੇ ਸੂਹੇ ਆ। ਇਹ ਸੂਆ ਹੈਗੀ ਸੱਜਣੋ ਤੀਜਾ, ਤੇ ਬਾਈ ਕਹਿੰਦਾ ਨਾ ਕਹਿ ਲਈਏ ਇਹਨੂੰ ਦੂਜੇ ਸੂਏ 'ਚ ਹੀ ਚੱਲਦੀ ਆ, ਜੇ ਗੱਲ ਕਰ ਲਈਏ ਦੂਜੇ 'ਚ ਹੀ ਆ ਗਈ, ਪਰ ਬਾਡੀ ਬੂਡੀ ਬਾਹਲੀ ਸ਼ਾਨਦਾਰ ਆ ਝੋਟੀ ਦੀ, ਥੋੜ੍ਹਾ ਜਿਹਾ ਬੱਚੇ ਕਰਕੇ ਜ਼ਰੂਰ ਕਰਦੀ ਆ, ਬੱਚੇ ਦਾ ਜ਼ਿਆਦਾ ਕਰਦੀ ਆ ਥੋੜ੍ਹਾ ਜਿਹਾ। ਸੂਆ ਕਿੰਨੇ ਦਿਨ ਦਾ ਦੱਸਿਆ ਬਾਈ ਇਹਦਾ? ਸੂਆ ਫਿਰ ਇਹਦਾ 12 13 ਦਿਨ ਦਾਗਾ, 12 13 ਦਿਨ ਦਾ। ਨਾਲ ਆ ਗਿਆ ਇਹਦੇ ਮੇਲਕਾਪ ਤੇ ਆ ਗਈ ਸੱਜਣੋ ਜੈੱਡ ਬਲੈਕ, ਪਰ ਬਾਡੀ ਬੂਡੀ ਵਾਲੇ ਮਾਮਲੇ 'ਚ ਕਹਿ ਸਕਦੇ ਹਾਂ ਯਾਰ, ਬਾਹਲੀ ਲਾਜਵਾਬ ਆ ਝੋਟੀ, ਫੁੱਲ ਚੜਾਈ ਵਾਲੀ ਬਾਡੀ ਆ ਗਈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਲੱਗਿਆ। ਤੇ ਚਵਾਈ ਦੀ ਕਿਵੇਂ ਆ ਬਾਈ? ਚਵਾਈ ਦੀ ਸਾਫ ਆ ਬਾਈ, ਜਮਾ 1600 ਜਮਾ ਜਮਾ 1600। ਹਾਜ਼ਰ ਦੁੱਧ ਕਿੰਨਾ ਬਾਈ ਅੱਜ? ਦੁੱਧ ਹਾਜ਼ਰ ਬਾਈ 14 ਲੀਟਰ। 14 ਲੀਟਰ, ਹਾਂ। ਆ 14 ਚਵਾ ਦਾਂਗੇ? ਹਾਂ ਬਾਈ 14 ਜਮਾ ਕਰਾ ਦਾਂਗੇ ਤਸੱਲੀ। ਹਾਂ ਹਾਂ ਜਮਾ, ਆ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ, ਚਾਰ ਡੰਗ ਚੂ ਜਾਵੇ। ਪਰ ਇੱਕ ਗੱਲ ਤੁਹਾਨੂੰ ਫੇਰ ਦੱਸਦਾ, ਵਾਰ-ਵਾਰ ਵੀ ਦੂਜੇ ਸੂਏ 'ਚ ਹੀ ਖਪਦੀ ਆ, ਪਰ ਬਾਈ ਕਹਿੰਦਾ ਜੈਨੂਅਨ ਜਾਣਕਾਰੀ ਦੇਣੀ ਆ, ਤੇ ਮੈਲੇ ਮੂਲੇ ਤਾਂ ਨਹੀਂ ਲੱਗੀ ਆ ਜੀ? ਨਹੀਂ ਮੈਲਾ ਬਾਈ ਚੱਲਦੀ ਹੈਗੀ ਹੁਣ, ਵੱਧ ਸਕਦੀ ਆ ਕਿਲੋ ਖੰਡ? ਹਾਂ ਵੱਧ ਵੀ ਸਕਦੀ ਆ ਬਾਈ, ਆਪਾਂ ਜਿੰਨਾ ਹੈਗਾ ਇੰਨਾ ਟਾਈਮ ਦਾ ਉਹੀ ਦੱਸ ਕੇ ਦੇਵਾਂਗੇ ਇਹਨੂੰ, ਇੰਨਾ ਆਪਾਂ ਚਵਾ ਦਾਂਗੇ ਜਿੰਨਾ ਹੈਗਾ। ਇਹਦਾ ਰੇਟ ਕੀ ਰਹੂਗਾ ਜੀ? ਇਹਦਾ ਬਾਈ ਰੇਟ ਹੈਗਾ 1.65 ਲੱਖ ਤੇ 65,000 ਪੈਂਟ। ਹਾਂ ਬਾਈ ਦੇਣ ਲੈਣ ਜੀ ਦੱਸਿਆ ਆਪਾਂ ਨੇ, ਠੀਕ ਆ, ਮਾਨਤਾ ਨਹੀਂ ਹੋਈ ਤੂੰ ਬੰਦੇ, ਠੀਕ ਆ ਗੱਲ। ਤੇ ਹੁਣ ਮਾਰਦੇ ਕਰੀ ਆ 3 ਨੰਬਰ ਵਾਲੀ ਤੇ ਆ ਗਈ, ਇਹ ਵੀ ਮੋਰਾ ਜੀ ਹੈਨਾ। ਹਾਂ ਇਹ ਵੀ ਬਾਈ, ਇਹਦਾ ਸੂਆ ਬਾਈ? ਇਹ ਬਾਈ ਪਹਿਲੇ ਸੂਏ ਹੈਗੇ, ਪਹਿਲਣਾ? ਹਾਂ ਪਹਿਲਣਾ ਬਾਈ। ਤੋਰ ਖੋਲ ਕੇ ਦੰਦ ਹੁਣ ਤਾਂ ਨਹੀਂ ਦੇਖੇ? ਦੰਦ ਤਾਂ ਨਹੀਂ ਬਾਈ ਦੇਖੇ, ਠੀਕ ਆ, ਦੰਦਾਂ ਇਹਦਾ ਪੂਰੀ ਹੋਊਗੀ, ਠੀਕ ਹੋ ਗਈ ਸੀ, ਠੀਕ ਆ ਗੱਲ। ਆ ਤੋਰ ਚੋਬਰਾ ਖੋਲ ਕੇ ਤੇ ਕਿੰਨੇ ਕੁ ਦਿਨ ਦਾ ਸੂਆ ਇਹਦਾ? ਇਹਦਾ ਬਾਈ ਸੂਆ ਹੋਊਗਾ ਤਕਰੀਬ ਮੈਨੂੰ ਲੱਗਦਾ ਮਹੀਨੇ ਦੇ ਲਵੇ, ਮਹੀਨੇ ਦੇ ਕਿਸੇ ਕੱਟਾ ਇਹਦੇ ਨਾਲ ਕੱਟਾ। ਤੇ ਆਰਡਰ ਜੇ ਗੱਲ ਕਰ ਲਈਏ ਬਾਈ, ਫਿਕਸ ਜਾ ਰੱਖ ਦੇ ਗਾਵਾਂ ਨਾਲ ਦਾ ਹਨਾ, ਕੀ ਵਾਲਾ ਥਣ ਲੱਗਿਆ ਹੈਗਾ? ਆ ਥਣ ਬੜਾ ਸੋਹਣਾ ਲੱਗਿਆ ਤੇ ਆਰਡਰ ਰੱਖ ਦਿਆ ਸੱਜਣੋ ਫਿਕਸ ਆ। ਤੇ ਖਾਸੀਅਤ ਇਹ ਆ ਵੀ ਚੜਾਈ ਇਹ ਝੋਟੀ ਦੀ ਵੀ ਬਹੁਤ ਸ਼ਾਨਦਾਰ ਆ, ਬੈਕ ਤੋਂ ਜਦੋਂ ਕਰਾਵਾਂਗੇ ਚੈੱਕ ਤੁਹਾਨੂੰ, ਕਿਉਂਕਿ ਥੋੜਾ ਜਿਹਾ ਇੱਥੇ ਕੋਈ ਸੱਜਣ ਆਉਂਦਾ ਨਹੀਂ, ਪਸ਼ੂ ਡਰਦੇ ਆ ਬਾਈ ਦੇ ਦੁੱਧ ਤੇ ਲਾਏ ਹੋਏ ਆ। ਪਰ ਆਰਡਰ ਇਹਦਾ ਇੰਨਾ ਕੁ ਕਮਾਲ ਦਾ, ਨਾਲ ਲੱਗਵਾਂ ਫਿਕਸ ਵੀ ਇਹਦੇ 'ਚ ਤੁਹਾਨੂੰ ਮਸਟੈਟਸ ਵਾਲਾ ਜਾਂ ਥਣ ਤੇ ਪੈਰ ਟਿਕਣ ਵਾਲਾ ਸੀਨ ਨਹੀਂ ਰਹਿਣਾ ਬਿਲਕੁਲ ਵੀ। ਕਿੰਨੇ ਦਿਨ ਦਾ ਸੂਆ ਜੀ ਇਹਦਾ? ਮਹੀਨੇ ਦਾ ਵੀਰੇ, ਕਮਾਲ ਆ ਬਾਈ, ਲਿਆ ਲਿਆ। 1 ਮਹੀਨੇ ਦੀ ਸੂਈ ਹੋਈ ਥੱਲੇ ਦੁੱਧ ਹਾਜ਼ਰ ਕਿੰਨਾ? ਦੁੱਧ ਵੀ ਰੇ ਥੱਲੇ 14 ਲੀਟਰ ਹਾਜ਼ਰ ਆ ਜਮਾ, 14 ਚਵਾ ਦਾਂਗੇ ਪਹਿਲਣ ਕੋਲੇ। ਹਾਂ ਹੈਗਾ 14 ਤਿਆਰ? ਹਾਂ ਬਾਈ 14 ਜਮਾ ਆਪਾਂ ਲੀਟਰ ਮਰਵਾ ਦਾਂਗੇ, ਠੀਕ ਹੈ ਗੱਲ। ਚੱਲ 4 ਡੰਗ ਜੋਵੇ, 5 ਡੰਗ ਜੋਵੇ, ਠੀਕ ਹੈ। ਇਹ ਦੁੱਧ ਇਹਨਾਂ ਸਾਰੀਆਂ ਕੋਲ ਲੀਟਰਾਂ ਦਾ ਕਿ ਕੰਡੇ? ਹਾਂ ਲੀਟਰਾਂ ਦਾ ਵੀਰੇ, ਆਪਾਂ ਲੀਟਰਾਂ 'ਚ ਮਿਲਦਾ, ਕਿਉਂਕਿ ਕੰਡਾ ਤੇ ਆਪਾਂ ਹੈ ਨਹੀਂ ਆਪਣੇ ਕੋਲ ਕੰਡਾ, ਤਾਂ ਆਪਾਂ ਲੀਟਰਾਂ 'ਚ ਦੁੱਧ ਚੱਲਦਾ ਆਪਣਾ, ਫਿਰ ਡੇਰੀ ਲੀਟਰਾਂ 'ਚ ਚੱਲਦਾ ਤੇ ਆਪਣੇ ਘਰਾਂ 'ਚ ਜਾਂਦਾ ਉਹ ਵੀ, ਠੀਕ ਹੈ ਗੱਲ। ਤੇ ਚਵਾਈ ਦੀ ਕਿਵੇਂ ਬਾਈ? ਚਵਾਈ ਦੀ ਬਾਈ ਜਮਾ ਐਂਡ ਪੋਲੀ ਆ, 100 ਦੀ 100 ਸ਼ਾਨਦਾਰ। ਤੇ ਨਾਲ ਵਾਲੀ ਝੋਟੀ ਜਿੱਡੀ ਆ ਨਾ? ਹਾਂ ਬਾਈ ਵੱਡੀ। ਇਹਦੇ ਕਿੰਨੇ ਪੈਸੇ ਲੈ ਲਾਂਗੇ? 14 ਕਿਲੋ ਵਾਲੀ ਇਹਦਾ ਬਾਈ 1,27,000 ਆਪਾਂ ਦੇਣ ਲੈਣਾ ਜਮਾ। 1,27 ਸੂਆ ਪਹਿਲਾ, ਦੁੱਧ 14 ਕਿਲੋ? ਹਾਂ ਦੁੱਧ 14 ਲੀਟਰ ਕਿਸੇ ਕੱਟਾ, ਨਾਲ ਆ ਗਿਆ ਕੱਟਾ। ਇਹ ਆ ਗਈ 3 ਨੰਬਰ ਤੇ, ਤੇ ਹੁਣ ਗਾਰੀ 4 ਨੰਬਰ ਵਾਲੀ ਤੇ ਮਾਰਦੀ। ਇਹ ਮੇਰਾ ਖਿਆਲ ਆ ਬਾਈ ਨੀਲੀ ਦਾ ਵੀ ਆ ਗਿਆ ਨਾ? ਨੀਲੀ ਰੰਗ ਦੀ ਝੁੱਟੀ ਆ ਬਾਈ, ਨੀਲੀ ਜੀ ਕਿਧਰੋਂ ਪਾਲ ਲਿਆ ਫਿਰ? ਤੋਰ ਚੋ ਪਾਲ ਲਈ ਬਾਈ, ਵਧੀਆ, ਠੀਕ ਆ ਗੱਲ, ਲੱਗੀ ਸਾਨੂੰ ਸੋਹਣੀ ਇਹ, ਠੀਕ ਆ। ਸੂਆ ਕਿਹੜਾ ਹੋਊਗਾ ਇਹਦਾ? ਸੂਆ ਵੀਰੇ ਦੂਜਾ, ਸੂਆ ਦੂਜਾ। ਹਾਂ ਸਿੰਘ ਸੁੰਗ ਬੰਦਾ ਨਾ, ਸਿੰਘ ਸੁੰਗ ਜਮਾ ਗੋਲਾ ਕੁੰਡਾ, ਪਰ ਨਾੜਾ ਨੂੜਾ ਬਾਡੀ ਤੇ ਬਹੁਤ ਨੇ। ਤੇ ਹਾਈਟ ਇਹਦੀ ਜਿਵੇਂ ਆਪਾਂ ਗੱਲ ਕਰ ਲਈਏ ਬਾਈ, ਨੀਲੀ ਵਾਲੀ ਆ, ਨੀਲੀ ਵਾਲੀ ਹਾਈਟ ਆ ਵੀਰੇ, ਮਾਦਰੀ ਮਾਦਰੀ ਲੱਤ ਦੀ, ਛੋਟੀ ਲੱਤ ਦੀ। ਹਾਂ ਨੀਲੀ ਵਾਲਾ ਢਾਂਚਾ ਆ ਗਿਆ ਝੋਟੀ ਦਾ, ਸਿੰਘ ਸੁੰਗ ਦੇਖ ਬਾਈ ਜਮਾ ਐਂਡ ਕੁੰਡੇ। ਇਹਦੇ ਨਾਲ ਨਾ ਤੁਹਾਨੂੰ ਮੈਂ ਲਾਸਟ ਤੇ ਬੱਚਾ ਦਿਖਾਉਂਗਾ, ਪਿਓਰ ਨੀਲੀ ਦਾ ਕੱਟਾ ਇਹਦਾ, ਬਹੁਤ ਕਮਾਲ ਦਾ। ਤੇ ਪਾਸਾ ਰੱਖ ਦਿਆ ਥੋੜਾ ਜਿਹਾ, ਥੋੜਾ ਬਾਈ ਪਾਸਾ ਰੱਖ ਦਈਏ ਜੀ, ਧਾਰਾਂ ਵੱਧ ਘੱਟ, ਧਾਰਾਂ ਧੂਰਾਂ ਦੀ ਗਰੰਟੀ ਹੋਊਗੀ ਆਪਣੀ, ਵੱਧ ਘੱਟ ਦੁੱਧ ਦੀ ਜਮਾ ਐਣ ਹੋਊ ਸਮਾਜ, ਕਸਿਆਰ ਇੱਕੋ ਜਿਹਾ ਜਮਾ, ਇੱਕੋ ਸਾਰ ਜਿਹੇ ਬੰਦਾ ਲੀਟਰਾਂ ਨਾਲ ਮਿਣ ਮਿਣ ਕੇ ਕੱਢੀ ਜਾਵੇ, ਠੀਕ ਹੈਗਾ। ਕਿੰਨੇ ਦਿਨ ਦੀ ਸੂਈ ਆ ਇਹ ਬਾਈ? ਸੂਈ ਹੈਗੀ ਹੈਗੀ 15-16 ਦਿਨ ਦੀ ਸੂਈ ਹੋਈ ਹੈਗੀ, 15-16 ਦਿਨ ਦੀ ਸੂਈ ਹੋਈ। ਹਾਂ ਦੁੱਧ ਹਾਜ਼ਰ ਕਿੰਨਾ? ਦੁੱਧ ਹਾਜ਼ਰ ਵੀਰੇ 12 ਲੀਟਰ ਹਾਜ਼ਰ ਆ ਜਮਾ, 12 ਵਾਲਾ ਮੈਲੇ ਲੱਗ ਗਈ? ਮੈਲੇ ਚੱਲ ਗਈ ਬਾਈ,
ਠੀਕ ਹੈ ਗੱਲ। ਆ ਮੈਲੇ ਬਾਈ ਥੋੜਾ ਕਹਿੰਦਾ ਥੋੜਾ ਚੱਲ ਚੱਲਦੀ ਗਈ, ਵੀ ਹੈ ਨਾਲ ਦੀ ਨਾਲ ਠੀਕ ਹੈ ਗੱਲ। ਜੂਮ, ਤੇ ਇੱਥੋਂ ਹਾਂ ਇੱਥੋਂ ਮਾਰਦੀ ਗਾ ਜੀ ਫੇਸ ਤੇ ਕੈਮਰਾ, ਪਿਓਰ ਨੀਲੀ 'ਚ ਆ ਗਈ। ਇੱਧਰਲੇ ਬੰਨੇ ਕਰ ਲਾ ਮੂੰਹ ਬਾਈ, ਇਹ ਇੱਥੇ ਇੱਥੇ ਜੇ ਰੋਕ ਲਾ ਕੋਈ ਨਹੀਂ, ਇਹ ਨੀਲੀ ਦੀ ਇੱਥੋਂ ਮਰਜ਼ਾ ਇੱਥੋਂ ਕਰਾ ਦੇ ਚੈੱਕ, ਬਾਂਦੇ ਬਾਂਦੇ ਲੈ ਜਾ ਕੋਈ ਨਹੀਂ, ਤੇ ਨਾਲੇ ਜਿਹੜਾ ਕੱਟਾ ਨੀਲੀ ਦਾ ਖੜਾ ਇੱਕ ਨੰਬਰ ਤੇ ਇੱਧਰਲੇ ਬੰਨੇ ਦਿਖਾ ਦੀ, ਬਾਂਦੇ ਬਾਂਦੇ ਘੁਮਾ ਕੇ। ਤੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਫਿਰ? ਇਹਦਾ ਭਾਈ 1,18,000 ਰੁਪਇਆ ਮੁੱਲ ਹੈਗਾ। 1,18,000 ਅਠਾਰਾਂ ਨਾਲ ਹਜ਼ਾਰ ਆ ਕੱਟਾ ਵੀ ਹਾਂ, ਨਾਲ ਕੱਟਾ ਵੀਰੇ ਨੀਲੀ ਦਾ ਪਿਓਰ ਕੱਟਾ ਗਾ, ਪਿਓਰ ਨੀਲੀ ਦਾ ਆ ਗਿਆ ਨਾਲ ਕੱਟਾ, ਤੇ ਝੋਟੀ ਆਪ ਵੀ ਬਹੁਤ ਚੰਗੀ ਆ ਗਈ, ਨੀਲੀ ਰਾਵੀ ਜੀ ਆ ਗਈ। ਕਿੰਨਾ ਰੇਟ ਦੱਸਿਆ ਜੀ? 1,18,000 ਵੀਰੇ, ਦੇਣ ਇੱਕ ਲੈਣ ਮੁੱਲ ਹੀ ਲੱਖ ਕਰਦੇ ਤੇ ਆਪਾਂ। 18,000 ਦੁੱਧ ਇੱਕੋ ਜਿਹਾ ਸਾਰੇ ਹਾਂ, ਪਾਸੇ, ਦੁੱਧ ਇੱਕੋ ਜਿਹਾ ਹੋਊਗਾ, ਪਾਸਾ ਜ਼ਰੂਰ ਮਾੜਾ ਮਾੜਾ ਰੱਖ ਦਈਏ, ਹਲਕਾ ਜਿਹਾ, ਠੀਕ ਆ ਜੀ। ਹਾਂ ਆ ਪਾਸਾ ਰੱਖ ਦਈਏ ਇੱਕ ਬੰਨੇ ਨੂੰ ਨਾ, ਹਾਂ ਕਿਉਂਕਿ ਉਹ ਆਪਣਾ ਦੱਸਣ ਦਾ ਫਰਜ਼ ਬਣਦਾ, ਕੋਈ ਭਰਾ ਦੂਰ ਤੋਂ ਆ ਜਾਵੇ, ਕਈ ਹਾਂ ਵਾਰੀ ਬਾਈ, ਅਗਲਾ ਕਹਿੰਦਾ ਹਨਾ ਵੀ ਦੱਸਿਆ ਨਹੀਂ ਸਾਨੂੰ ਉਹ ਚੀਜ਼, ਹਾਂ ਪਰ ਦੁੱਧ ਸੱਜਣੋਂ ਬਾਈ ਕਹਿੰਦਾ ਇੱਕੋ ਜਿਹੀ ਆ ਗਿਆ, ਤੇ ਨਾਲ ਵਾਲੀ ਬਿਲਕੁਲ। ਤਕਰੀਬਨ ਆ ਗਈ ਬੂਰੀ ਹਨਾ, ਹਾਂ ਬਾਈ ਉਹ ਤੇ ਮਾਰ ਗਿਆ ਜੀ ਬੂਰੀ ਦੇ ਕੈਮਰਾ, ਓਏ ਨੰਬਰ ਇੱਧਰਲੇ ਦੇ ਬੰਨ ਦੀ ਉਹਨੇ ਤਾਂ ਭਲੇਖਾ ਲੱਗ ਗਿਆ ਤੈਨੂੰ, ਢੋਰ ਬਾਈ ਖੋਲ ਕੇ ਬੂਰੀ ਵੀ ਤੋੜ ਦੇ। ਇਹਦਾ ਸੂਆ ਕਿਹੜਾ ਬਾਈ? ਇਹ ਬਾਈ ਦੂਜੇ ਸੂਏ ਹੈਗੇ, ਵਜਨ ਵੋਜਨ ਇਹ 'ਚ ਵੀ ਚੰਗਾ, ਹਾਂ ਕੱਦ ਵੀ ਸੋਹਣਾ। ਤੇ ਇੱਕ ਖਾਸ ਹੈ ਜਿਵੇਂ ਤੁਹਾਨੂੰ ਦੱਸਿਆ ਵੀ ਸਾਰੀਆਂ ਝੋਟੀਆਂ ਨਾ ਚੌੜੀਆਂ ਆ ਗਈਆਂ ਪਿੱਛੇ ਤੋਂ, ਇੱਕ ਵਾਰੀ ਇੱਥੋਂ ਲਾ ਕੇ ਕਰੀ ਕਮਾਈ ਕੈਮਰਾ, ਪਿੱਛੇ ਦੀ ਚੜਾਈ ਆ ਗਈ ਸਾਰੀਆਂ ਝੋਟੀਆਂ ਦੀ, ਮੰਨ ਲਓ ਵੀ ਇਦਾਂ ਹੀ ਬੂਰੀ ਦੀ ਚੜਾਈ ਵੀ ਚੰਗੀ ਆ। ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ ਬਾਈ? ਇਹ ਬਾਈ ਸੂਈ ਨੂੰ ਹੋ ਗਏ ਹੋਣੇ 27-28 ਦਿਨ ਲੰਘ ਗਏ ਇਹਨੂੰ ਵੀ, ਠੀਕ ਆ ਗੱਲ। ਇਹਦੇ ਨਾਲ ਬੱਚਾ ਕੀ ਆ? ਇਹਦੇ ਨਾਲ ਕੱਟਾ ਵੀਰੇ, ਨਾਲ ਕੱਟਾ, ਹਾਂ ਨਾਲ ਕੱਟਾ। ਦੁੱਧ ਹਾਂ ਹਾਜ਼ਰ ਕਿੰਨਾ? ਦੁੱਧ ਹਾਜ਼ਰ ਵੀਰੇ 12 ਲੀਟਰ ਆਪਾਂ ਹਾਜ਼ਰ ਕਰਕੇ ਦੇਵਾਂਗੇ ਅਗਲੇ ਨੂੰ, 12 ਤਾਂ ਵੱਧ ਹੀ, ਆਪਾਂ 12 ਕਹਿ ਕੇ ਦੇਵਾਂਗੇ ਅਗਲੇ ਨੂੰ, ਠੀਕ ਆ ਗੱਲ। ਵੀ 12 ਤਾਂ ਡੰਗ ਦੋ ਡੰਗ ਮਨਾਈ ਦੇਵਾਂਗੇ, ਹਾਂ ਜੇ 2 ਡੰਗ 'ਚੋਂ ਵਿਆਹ ਆ, 3 ਡੰਗ ਸਵਾਦ ਹੀ ਆ ਜਾਂਦਾ ਵੀਰੇ, ਜਦੋਂ ਕਿਲੋ ਵੱਧ ਨਿਕਲੇ ਹਨਾ, ਜਦੋਂ ਕੋਈ ਸੱਜਣ ਨੂੰ ਆਵੇ ਘੱਟ ਵਾਲਾ ਹੱਲ ਨਹੀਂ ਕਰਦੇ ਹੈਗੇ। ਆ ਗਈ ਸੱਜਣੋ ਪਿਓਰ ਬੂਰੀ, ਤੇਲੀਆ ਬੂਰੀ ਆ ਗਈ, ਬਾਡੀ ਵਾਲੇ ਮਾਮਲੇ 'ਚ ਬਹੁਤ ਸ਼ਾਨਦਾਰ ਆ। ਚੋਣ ਚਬਾਉਣ ਦੀ ਕਿਵੇਂ? ਚੋਣ ਚਬਾਉਣ ਦੀ ਵੀਰੇ 100 ਦਾ 100% ਆ ਜਮੀ, 100 ਦਾ 100। ਹਾਂ ਮੂਠੀ ਵਾਲਾ ਖਾਣਾ ਵਧੀਆ ਲੱਗਿਆ ਹੋਇਆ, ਬੱਚੇ ਤੇ ਜਾਂਦੀ ਆ ਥੋੜਾ ਜਿਹਾ ਨਾ, ਬੱਚੇ ਦਾ ਕਰਦੇ ਥੋੜਾ ਦੂਰ ਖੜੇ ਨੇ, ਠੀਕ ਆ ਗੱਲ। ਪੈਸੇ ਕਿੰਨੇ ਲਵਾਂਗੇ ਜੀ? ਪੈਸੇ ਬਾਈ 1,30,000 ਰੁਪਇਆ ਮੁੱਲ ਹੈ ਇਹਦਾ, 1,30,000। ਹਾਂ ਜੋੜੇ ਜੂੜੇ 'ਚ ਕਿੰਨੇ ਵੀ ਪਾ ਦਾਂਗੇ? ਜੋੜੇ ਦੀ ਕਰ ਦਾਂਗੇ ਆਪਾਂ, ਰਿਆ ਤਾਂ ਕਰ ਦਾਂਗੇ ਮਾਨਤਾ, ਹਾਂ ਦੋ ਚਾਰ ਕਿਸੇ ਨੇ ਇਕੱਠੀਆਂ ਲੈਣੀਆਂ, ਹਾਂ ਜੀ ਸਾਰੀਆਂ ਕਿਸੇ ਨੇ ਇਕੱਠੀਆਂ ਲੈਣੀਆਂ, 2 ਜੋੜਾ ਇਕੱਠਾ ਲੈਣਾ ਆਪਾਂ ਮਾਨਤਾ ਕਰ ਦਾਂਗੇ ਉਹ ਜਿਹਾ, ਠੀਕ ਆ ਗੱਲ। ਹਾਂ ਜੋੜੇ ਤੇ ਹੁਣ ਗੈਰੀ ਮਾਰਦੇ ਆ ਕੱਟੇ ਤੇ ਕੈਮਰਾ, ਤੇ ਇਦੋਂ ਬਾਅਦ ਤੁਹਾਨੂੰ ਇੱਕ ਜਰਸੀ ਵੱਛੀ ਦਿਖਾ ਦੂੰਗਾ, ਬਹੁਤ ਸਸਤੇ ਰੇਟ ਵਾਲੀ ਤੋਕੜਾ। ਇਹਦੀ ਉਮਰ ਕਿੰਨੀ ਕਾ ਬਾਈ? ਇਹਦੀ ਬਾਈ 3 ਸਾਲ ਦਾ ਹੋ ਗਿਆ ਇਹ, 3 ਸਾਲਾਂ ਦਾ। ਹਾਂ ਫਿਰ ਤਾਂ ਮੇਰਾ ਖਿਆਲ ਹੈ ਕੋਈ 4 ਕ ਦੰਦ ਹੋਊਗਾ। ਹਾਂ 4 ਦੰਦ ਕੱਟਾ ਬਾਈ ਇਹਦਾ, ਬਰਥਡੇ ਹੈਗਾ ਗਾ 21/8/2021 ਦਾ, 21/8/2021 ਦਾ ਬਰਥਾ, ਤੇ ਟੈਸਟੀਕਲਾਂ ਦਾ ਆ ਗਿਆ ਬਿਲਕੁਲ ਸਾਫ਼ ਆ ਗਿਆ ਪੱਧਰਾ ਥੱਲਿਓ। ਇਹਦੇ ਸੀਮਨ ਦਾ ਤਾਂ ਨਹੀਂ ਪਤਾ ਕਿਹੜੇ ਦਾ ਸੀਮਨ ਬਾਈ, ਆਪਾਂ ਦਾ ਹਿਸਾਰ ਯੂਨੀਵਰਸਿਟੀ ਸਰਕਾਰੀ ਸੀਮਨ ਕਹਿ ਕੇ ਦਿੱਤਾ ਜੀ, ਐਚ ਐਲ ਡੀ ਵੀ ਦਾ, ਐਚ ਐਲ ਡੀ ਵੀ ਦਾ। ਮਾਂ ਦਾ ਦੁੱਧ ਕਿੰਨਾ ਕੁ ਸੀ? ਮਾਂ ਦਾ ਦੁੱਧ ਬਾਈ ਇਹਨਾਂ ਨੇ 17-18 ਲੀਟਰ ਕਹਿ ਕੇ ਦਿੱਤਾ ਜੀ ਆਪਾਂ। ਮੱਝਾਂ ਕਰਦਾ ਕਰੋਸ? ਮੱਝਾਂ ਕਰੋਸ ਕਰਦਾ ਵੀਰੇ, ਗੱਬਣਾ ਵੀ ਰਹੀਆਂ ਨੇ ਮੱਝਾਂ ਇਹਦੀਆਂ, ਇਹ ਖਾਸੀਅਤ ਹੈ। ਹਾਂ ਇਹ ਖਾਸੀਅਤ ਹੈ, ਸਾਰੀਆਂ ਮੱਝਾਂ ਤਕਰੀਬਨ 99% ਮੱਝਾਂ ਗੱਬਣ ਨੇਗੀਆਂ। ਬੱਚੇ ਤਾਂ ਨਹੀਂ ਆਏ ਦੇ? ਬੱਚੇ ਹਜੇ ਆ ਜਾਣਗੇ ਵੀਰੇ, 2 ਮਹੀਨੇ ਤੱਕ ਮੱਝਾਂ ਸੂਣ ਵਾਲੀਆਂ ਨੇ ਇਹਦੀਆਂ, ਠੀਕ ਹੈ ਗੱਲ। ਹਾਂ ਇਹਦੇ ਪੈਸੇ ਕਿੰਨੇ ਲਵਾਂਗੇ? ਇਹਦਾ ਵੀਰੇ ਮੁੱਲ ਤਾਂ ਆਪਾਂ 1,30 ਕਰ ਦਿਆਂਗੇ, ਠੀਕ ਹੈ ਗੱਲ। ਕਿੰਨੇ ਕਦਾ ਹੋ ਜੂ? ਬਾਕੀ ਮਾਨਤਾਨ ਕਰ ਦਾਂਗੇ, ਕਰ ਦਾਂਗੇ ਮਾਨਤਾਨ ਮੌਕੇ ਤੇ। ਆ ਲੈ ਚੱਲ ਗਿਆ ਜੀ ਕੈਮਰਾ, ਚੱਲਦਾ ਚੱਲਦਾ ਉਹ ਬੱਚੀ ਤੇ ਲੈ ਚੱਲ। ਇੱਕ ਬਾਈ ਕੋਲ ਹੈਗੀ ਆ ਜਰਸੀ ਨਸਲ ਦੀ ਬੱਚੀ, ਇਹ ਗੱਬਣ ਵੀ ਆ ਬਾਈ, ਗੱਬਣ ਵੀਰੇ ਅੱਜ ਹੀ ਭਰਾਇਆ ਟੀਕਾ, ਅੱਜ ਹੀ ਭਰਾਇਆ ਟੀਕਾ ਜਮਾ, ਠੀਕ ਆ। ਤੋਰੀ ਬਾਈ ਕੱਚੇ ਜੀ ਤੋਰਦੇ ਆ ਇਹਨੂੰ, ਪੱਕੇ ਚ ਨਾ ਤੋਰੀ ਤੋਰੀ। ਇਹਦਾ ਸੂਆ ਕਿਹੜਾ ਬਾਈ? ਇਹਦਾ ਵੀਰੇ ਸੂਆ ਪਹਿਲੇ ਸੂਈ ਹੋਈ ਆਪਣੇ ਕੋਲੇ ਪਹਿਲੇ, ਹਾਂ ਲੰਬੀ ਲੰਬੀ ਬਹੁਤ ਆ ਨਾ। ਹਾਂ ਪਹਿਲੇ ਸੂਏ ਸੂਈ ਆ ਗਈ, ਪਿਓਰ ਜਰਸੀ ਚ ਆ ਗਈ ਜਮਾ, ਹਨਾ ਕੰਨ ਵੀ ਛੋਟਾ ਆ ਗਿਆ, ਮੱਥੇ ਚ ਕਹਿ ਲਈਏ ਟੋਆ ਆ ਗਿਆ, ਅੱਖ ਜਿੱਦਾਂ ਜਰਸੀ ਦੀ ਹੁੰਦੀ ਆ ਨਾ ਮੋਟੀ ਅੱਖ ਚ ਆ ਗਈ। ਦੁੱਧ ਮੱਥੇ ਤੇ ਟੋਆ ਵੀਰੇ ਪੂਰਾ ਜਮਾ, ਹਾਜ਼ਰ ਕਿੰਨਾ ਕਿ ਜਰਸੀ ਦੀ ਦੁੱਧ ਕਿੰਨਾ ਕਿ ਤਿਆਰ ਅੱਜ? ਦੁੱਧ ਵੀਰੇ ਆਪਾਂ ਗੱਪ ਮੰਨੀ ਮਾਰਦੇ ਆ, 7 ਲੀਟਰ ਦੁੱਧ ਦਿੰਦੀ ਆ ਹੁਣ, ਲੇਵੇ ਦੇ ਹਿਸਾਬ ਨਾਲ ਜ਼ਿਆਦਾ ਲੱਗਦਾ, ਲੇਵੇ ਦੇ ਹਿਸਾਬ ਨਾਲ ਜ਼ਿਆਦਾ ਲੱਗਦਾ, ਆਪਾਂ ਕਹਿ ਨੂੰ ਆਪਾਂ 11-12 ਵੀ ਕਹਿ ਦਈਏ, ਠੀਕ ਹੈ। 7 ਲੀਟਰ ਦੁੱਧ, ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖ ਲਿਆ। ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਵੀਰੇ ਸੂਈ ਨੂੰ ਹੋ ਗਏ ਹੋਣਗੇ 2.5 ਮਹੀਨੇ, 2.5 ਮਹੀਨੇ। ਬੱਚਾ ਤਾਂ ਨਹੀਂ ਇਹਦਾ? ਬੱਚਾ ਵੀਰੇ ਮਰ ਗਿਆ ਜੀ ਇਹਦਾ, ਠੀਕ ਹੈ। ਕਮਾ ਦੇ ਕੇਰਾ ਹੋ ਰਿਹਾ ਹੈ, ਬੱਚੇ ਦੇ ਛੋਟਾ,
ਠੀਕ ਹੈ ਗੱਲ। ਮਸਾ ਮਰ ਗਿਆ ਸੀ ਜੈਨੂਅਨ ਹੀ 2-2 ਮਹੀਨੇ ਦੀ। ਹਾਂ ਜੈਨੂਅਨ 2-2 ਉਹ ਗਾਰੰਟੀ ਹੈ ਨਾ, ਉਹ ਗਾਰੰਟੀ ਹੋਈ ਪਈ ਆਪਣੀ। ਠੀਕ ਹੈ ਗੱਲ। ਗੱਬਣਾ ਚ ਕਰਾਤੀ, ਗੱਬਣਾ ਚ ਠੀਕ ਹੈ ਭਰਾਇਆ। ਤਾਜੀ ਥੱਲੇ ਦੁੱਧ ਕਿੰਨਾ ਸੀ? ਤਾਜੀ ਵੀਰੇ ਦਿੰਦੀ ਸੀ 13 ਲੀਟਰ ਦੁੱਧ, 12-13 ਬੱਚੇ ਕਰਕੇ ਘੱਟ ਗਈ। ਬੱਚੇ ਕਰਕੇ ਘੱਟ ਗਈ, ਪਤਾ ਨਹੀਂ ਤਾਂ ਕੁਛ ਗਰਮੀ ਗੁਰਮੀ ਦਾ ਵੀ ਚੱਕਰ ਪਿਆ। ਚੋਣ ਚਬਾਉਣ ਦੀ ਚੋਣ ਚਬਾਉਣ ਦੀ ਵੀਰੇ ਇੱਕ ਨੰਬਰ ਆ ਜੀ। ਅੱਜ ਪੈਸੇ ਕਿੰਨੇ ਲਵਾਂਗੇ ਜੀ? ਪੈਸੇ ਵੀਰੇ ਦੇਣ ਲੈਣ ਇਹਦਾ 23,000 ਰੁਪਇਆ। 23 ਜਮਾ ਬੋਲੋ ਜੀ ਨੰਬਰ ਵੀਰੇ ਆਪਣਾ 98034-0-5968 98034-0-5968 ਪਿੰਡ ਲੌਂਗੋਵਾਲ, ਤਹਿਸੀਲ ਵੀ ਲੌਂਗੋਵਾਲ ਆ ਤੇ ਜ਼ਿਲ੍ਹਾ ਸੰਗਰੂਰਾ ਬਾਈ ਦਾ। ਵੱਡੀਆਂ ਝੋਟੀਆਂ ਵੀ ਦਿਖਾਤੀਆਂ 200 ਨੂੰ, ਜੈੱਡ ਬਲੈਕ ਇੱਕ ਪਹਿਲਣ ਦਿਖਾਤੀ 14 ਕਿਲੋ ਵਾਲੀ, ਇੱਕ ਨੀਲੀ ਰਾਹ ਵੀ ਦਿਖਾਤੀ, ਇੱਕ ਦਿਖਾਤੀ ਬੂਰੀ, ਇੱਕ ਕੱਟਾ ਦਿਖਾਤਾ ਤੇ ਇੱਕ ਦਿਖਾਤੀ ਜਰਸੀ ਨਸਲ ਦੀ ਵੱਛੀ। ਤਕਰੀਬਨ ਤੁਹਾਨੂੰ ਮੈਂ 3-4 ਨਸਲਾਂ ਦਿਖਾਤੀਆਂ ਬਾਈ ਦੇ ਫਾਰਮ ਤੋਂ। ਇਹਨਾਂ 'ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਡੰਗ 2 ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।